ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਉੱਤੇ ਦੁਬਾਰਾ NSA ਲਗਾ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰਾਂ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰਾਂ ਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਧੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘ ਜਿਹੜੇ ਕਿ ਹਜੇ ਤੱਕ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਉੱਤੇ ਦੁਬਾਰਾ NSA ਲਗਾ ਦਿੱਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਕਿਸਾਨਾਂ ਦਾ ਮੁੱਦਾ ਵੀ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਵੱਲੋਂ ਚੱਕਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਲਗਾਤਾਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਦਾ ਹੋਰ ਕੀ ਕਹਿਣਾ। ਕਿਉਂਕਿ ਸਾਡੇ ਕੋਲੋਂ ਸਾਡਾ ਜਿਹੜਾ ਕਿੱਤਾ ਸੀ ਖੇਤੀਬਾੜੀ ਦਾ ਕਿੱਤਾ, ਉਹ ਖੋਣ ਦੇ ਯਤਨ ਕੀਤੇ ਜਾ ਰਹੇ ਨੇ। ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਕਿ ਇਹ ਕਸੂਰ ਕੀਤਾ ਹੈ ਉਹਨਾਂ ਸਾਡੇ ਭਰਾਵਾਂ ਨੇ, ਉਹਨਾਂ ਕਿਸਾਨਾਂ ਨੇ ਜਿਹੜੇ ਸਾਰੇ ਦੇਸ਼ ਦਾ ਢਿੱਡ ਭਰਦੇ ਨੇ, ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਖੇਤੀਬਾੜੀ ਕਰਦੇ ਨੇ, ਖੇਤੀ ਪਾਲਦੇ ਨੇ, ਔਰ ਅੱਜ ਉਹ ਆਪਣੇ ਹੱਕ ਲੈਣ ਵਾਸਤੇ MSP ਖੇਤੀ 'ਤੇ ਲੈਣ ਵਾਸਤੇ ਅੱਜ ਸ਼ੰਭੂ ਬਾਰਡਰ 'ਤੇ ਬੈਠੇ ਹੋਏ ਨੇ, ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਬੈਠੇ ਹੋਏ ਨੇ, ਤੁਹਾਡੇ ਘਰਾਂ ਤੁਹਾਡੇ ਦਰਾਂ 'ਤੇ ਆਉਣਗੇ। ਅੱਜ ਨੇਤਾ ਲੋਕ ਲੀਡਰ ਲੋਕ ਉਹਨਾਂ ਦੇ ਕੋਲੋਂ ਇਹ ਸਵਾਲ ਗੁਰਮੁਖੋ ਜ਼ਰੂਰ ਪੁੱਛਿਓ ਕਿ ਇਹ ਕਸੂਰ ਕੀਤਾ ਉਹਨਾਂ ਕਿਸਾਨਾਂ ਨੇ, ਕਿ ਇਹ ਕਸੂਰ ਕੀਤਾ ਉਹਨਾਂ ਸਾਡੇ ਜੁਝਾਰੂ ਸਿੰਘਾਂ ਨੇ ਜਿਹੜੇ 30-30 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਹੋਏ ਨੇ। ਕੋਈ ਕਾਨੂੰਨ ਹਿੰਦੁਸਤਾਨ ਦਾ ਦੱਸ ਦੇਵੇ ਕਿ ਕਿਸੇ ਕਾਨੂੰਨ ਵਿੱਚ ਇਹ ਗੱਲ ਲਿਖੀ ਹੈ ਕਿ ਕਿਸੇ ਨੂੰ 30-30 ਸਾਲ ਵੀ ਜੇਲ੍ਹ 'ਚ ਰੱਖਿਆ ਜਾ ਸਕਦਾ, ਸਜਾਵਾਂ ਪੂਰੀਆਂ ਕਰਨ ਤੋਂ ਡਬਲ ਸਜਾਵਾਂ ਭੁਗਤ ਕੇ ਵੀ ਜੇਲ੍ਹਾਂ ਵਿੱਚ ਬੈਠੇ ਹੋਏ ਨੇ, ਲੇਕਿਨ ਸਰਕਾਰਾਂ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ ਕਿ ਇਹ ਕਸੂਰ ਸੀ ਉਹਨਾਂ ਸਿੱਖ ਨੌਜਵਾਨਾਂ ਦਾ ਜਿਨ੍ਹਾਂ 'ਤੇ NSA ਲਾ ਕੇ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ। NSA ਖਤਮ ਹੋ ਗਈ ਅਤੇ NSA ਫਿਰ ਦੁਬਾਰਾ ਵਧਾ ਦਿੱਤੀ ਗਈ ਨੈਸ਼ਨਲ ਸਿਕਿਉਰਿਟੀ ਐਕਟ। ਜੇਕਰ ਉਹਨਾਂ ਜੁਝਾਰੂ ਸਿੰਘਾਂ ਨੇ ਆਪਣੇ ਹੱਕਾਂ ਦੇ ਵਾਸਤੇ ਹਥਿਆਰ ਚੁੱਕੇ, ਜਜ਼ਬਾਤੀ ਹੋ ਕੇ ਹਥਿਆਰ ਚੁੱਕੇ, ਆਪਣੇ ਧਰਮ ਦੇ ਖਾਤਰ ਹਥਿਆਰ ਚੁੱਕੇ, ਅਤੇ ਸਰਕਾਰਾਂ ਕਹਿੰਦੀਆਂ ਉਹ ਅੱਤਵਾਦੀ ਨੇ, ਜੇਕਰ ਉਹ ਅੱਤਵਾਦੀ ਨੇ ਤਾਂ ਸਾਰਾ ਖਾਲਸਾ ਪੰਥ ਅੱਤਵਾਦੀ ਹੈ। ਜੇਕਰ ਹੋਇਆ ਹੋਣੇ ਪ੍ਰਧਾਨ ਜੀ ਨੇ ਕਿਹਾ ਕਿ ਅੰਮ੍ਰਿਤ ਸੰਚਾਰ ਲਹਿਰ ਆਰੰਭ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ, ਸਾਨੂੰ ਪ੍ਰਚਾਰਕ ਬਣ ਕੇ ਵਿਚਰਨ ਦੀ ਬੜੀ ਜ਼ਰੂਰਤ ਹੈ, ਗੁਰਮੁਖੋ ਇਕੱਲਾ ਸਿੱਖ ਪ੍ਰਚਾਰਕ ਹੈ, ਕਿਸੇ ਵੱਲ ਵੇਖਣ ਦੀ ਜ਼ਰੂਰਤ ਨਹੀਂ ਕਿ ਕੋਈ ਆਵੇ ਅਤੇ ਸਾਨੂੰ ਆ ਕੇ ਪ੍ਰੇਰਣਾ ਦੇਵੇ, ਇਕੱਲਾ ਸਿੱਖ ਪ੍ਰਚਾਰਕ ਬਣ ਕੇ ਵਿਚਰੇ। ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਇੱਕ ਲਹਿਰ ਚਲਾਈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਵਾਸਤੇ, ਅੰਮ੍ਰਿਤ ਸੰਚਾਰ ਕਰਨ ਵਾਸਤੇ, ਧਰਮ ਪ੍ਰਚਾਰ ਕਰਨ ਵਾਸਤੇ, ਅਤੇ ਉਹਨਾਂ ਦੇ ਉੱਤੇ NSA ਲਾ ਕੇ, ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਅਤੇ ਅਸਾਮ ਦੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੇਕਰ ਧਰਮ ਪ੍ਰਚਾਰ ਕਰਨਾ ਪਾਪ ਹੈ, ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ, ਤਾਂ ਮੈਂ ਕਹਿੰਦਾ ਹਰ ਇੱਕ ਸਿੱਖ ਇਹ ਗੁਨਾਹ ਕਰੇਗਾ, ਹਰ ਇੱਕ ਸਿੱਖ ਪ੍ਰਚਾਰਕ ਬਣ ਕੇ ਵਿਚਰੇ। ਅਤੇ ਗੁਰਮੁਖੋ ਇਸ ਦੇ ਚੱਲਦਿਆਂ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਜਿਹੜਾ ਇਹਨੂੰ ਜ਼ਰੂਰ ਮਜ਼ਬੂਤ ਕਰਨਾ ਪਏਗਾ।
ਜੇਕਰ ਆਪਾਂ ਆਪਸੀ ਭਾਈਚਾਰਕ ਸਾਂਝ ਆਪਸੀ ਪਿਆਰ ਨੂੰ ਮਜ਼ਬੂਤ ਨਹੀਂ ਕਰਾਂਗੇ ਤਾਂ ਗੁਰਮੁਖ ਵੈਸੀ ਇਹ ਜਿਹੜੀਆਂ ਚੁਣੌਤੀਆਂ ਦੁਸ਼ਵਾਰੀਆਂ ਸਾਡੇ ਸਾਹਮਣੇ ਹੈ ਅਸੀਂ ਇਹਨਾਂ ਦੇ ਉੱਤੇ ਕਦੇ ਵੀ ਫਤਿਹ ਹਾਸਲ ਨਹੀਂ ਕਰ ਸਕਾਂਗੇ। ਹੁਣ ਤੱਕ ਦੀ ਕੋਈ ਵੀ ਐਸੀ ਐਜੀਟੇਸ਼ਨ, ਕੋਈ ਵੀ ਐਸਾ ਧਰਨਾ ਮੋਰਚਾ ਨਹੀਂ ਰਿਹਾ ਕਿ ਜਿਹੜਾ ਪੰਜਾਬ ਦੇ ਸਿੱਖਾਂ ਨੇ, ਪੰਜਾਬ ਦੇ ਕਿਸਾਨਾਂ ਨੇ, ਪੰਜਾਬੀਆਂ ਨੇ ਉੱਥੇ ਜਿੱਤ ਪ੍ਰਾਪਤ ਨਾ ਕੀਤੀ ਹੋਵੇ, ਕਿਉਂਕਿ ਉਦੋਂ ਸਾਡੇ ਵਿੱਚ ਏਕਤਾ ਸੀ, ਸਾਡੇ ਵਿੱਚ ਪੰਥਕ ਜਜ਼ਬਾ ਸੀ, ਸਾਡੇ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਕੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਪਰ ਗੁਰਮੁਖੋ ਅੱਜ ਸਾਡੇ ਵਿੱਚ ਉਹ ਜਿਹੜੀ ਚੀਜ਼ ਹੈ ਉਹਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ, ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ, ਸਾਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਅਸੀਂ ਅਕਾਦਮਿਕ ਤੌਰ 'ਤੇ, ਅਸੀਂ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਭੂਗੋਲਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਮਜ਼ਬੂਤ ਹੋਣਾ ਅਤੇ ਮਜ਼ਬੂਤ ਅਸੀਂ ਤਾਂ ਰਹਿ ਸਕਦੇ ਹਾਂ ਜੇਕਰ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੈ। ਅੱਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰਕੇ ਜਾਇਓ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਾਡੇ ਇਹ ਦਿਨ ਮਨਾਏ ਹੋਏ ਤਾਂ ਸਕਾਰਥ ਨੇ ਜੇਕਰ ਆਪਾਂ ਗੁਰੂ ਕੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ ਖੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਬਾਣੀ ਬਾਣੇ ਦੀ ਧਾਰਨੀ ਹੋਈਏ, ਸ਼ਸਤਰ ਧਾਰੀ ਹੋਈਏ, ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਅਨੁਸਾਰ ਆਪਣੇ ਜੀਵਨ ਨੂੰ ਬਸਰ ਕਰਨ ਦਾ ਯਤਨ ਕਰੀਏ। ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸੇ ਦੇ ਕੌਮੀ ਤਿਉਹਾਰ, ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਅੰਮ੍ਰਿਤ ਛਕੋ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।